ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਜਨਤਾ ਨਗਰ ਦੇ ਵਿੱਚ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਨਜ਼ਰ ਆਏ ਨੇ। ਦੱਸਦੇ ਕਿ ਮਜਬੂਰੀ ਬਸ ਬੀਤੀ ਦੇ ਰਾਤ ਲੋਕਾਂ ਨੇ ਬਿਜਲੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ, ਬੀਤੇ ਡੇਢ ਮਹੀਨੇ ਤੋਂ ਲਗਾਤਾਰ ਹੀ ਸਵੇਰੇ 6 ਵਜੇ ਬਿਜਲੀ ਚਲੀ ਜਾਂਦੀ ਹੈ ਅਤੇ ਦੇਰ ਸ਼ਾਮ ਤੱਕ ਨਹੀਂ ਆਉਂਦੀ ਅਤੇ ਕਈ ਵਾਰ ਸ਼ਾਮ ਨੂੰ ਜਾਂਦੀ ਹੈ ਅਤੇ ਦੇਰ ਰਾਤ ਤੱਕ ਨਹੀਂ ਆਉਂਦੀ। ਉਹਨੇ ਕਿਹਾ ਕਿ ਅੱਜ ਵੀ 5 ਵਜੇ ਦੀ ਲਾਈਟ ਗਈ ਹੋਈ ਹੈ ਅਤੇ ਸਾਡੇ ਘਰ ਬਿਜਲੀ ਨਹੀਂ ਆਈ ਹੈ, ਜਿਸ ਕਰਕੇ ਮੁਹੱਲੇ ਦੇ ਲੋਕ ਇਕੱਠੇ ਹੋਏ ਨੇ। ਉਹਨਾਂ ਨੇ ਪ੍ਰਦਰਸ਼ਨ ਕੀਤਾ। ਉਹਦੇ ਦੂਜੇ ਪਾਸੇ ਬਿਜਲੀ ਸੰਬੰਧੀ ਸ਼ਿਕਾਇਤ ਲੈਣ ਲਈ ਬੈਠੇ ਮੁਲਾਜ਼ਮ ਨੇ ਦੱਸਿਆ ਕਿ ਉਹ ਸ਼ਿਕਾਇਤਾਂ ਲੈਣ ਦੇ ਲਈ ਬੈਠੇ ਨੇ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੀ ਜੋ ਵੀ ਸਮੱਸਿਆ ਉਸਦਾ ਹੱਲ ਕਰਾਂਗੇ। ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਆਜ਼ਾਦ ਨਗਰ ਉਹ ਸ਼ੈੱਡ ਦੇ ਕਾਫੀ ਏਰੀਆ ਬੰਦ ਨੇ ਭਾਜੀ, ਡੇਢ ਮਹੀਨੇ ਤੋਂ ਇਹੀ ਏਰੀਆ ਖਰਾਬ ਹੋ ਰਹੇ ਨੇ, ਸਿਰਫ ਏਰੀਆ ਦੀ ਖਰਾਬ ਲਾਈਟ ਹੁਣ ਗਈ ਹੋਈ ਹੈ ਜਿਹੜਾ ਤੁਸੀਂ ਇਹ ਗਈ ਹੋਈ ਨਾ 5 ਵਜੇ ਦੀ ਲਾਈਟ ਗਈ ਹੋਈ ਆ ਭਾਜੀ। ਅੱਛਾ, ਕਦੋਂ, ਸਵੇਰ ਦੀ ਜਾਂ ਸ਼ਾਮ ਦੀ? ਸ਼ਾਮ ਦੀ, ਸਵੇਰੇ 6 ਵਜੇ ਗਈ ਤੇ ਸਾਏ 1 ਵਜੇ ਆਈ, 4 ਵਜੇ ਗਈ, 5 ਵਜੇ ਆਈ, 6 ਵਜੇ ਫੇਰ ਚਲ ਗਈ, ਫੇਰ ਨਹੀਂ। ਇਹ ਡੇਢ ਮਹੀਨੇ ਤੋਂ ਪਰੇਸ਼ਾਨ ਰਹਾ ਟਾਈਮ ਹੋ ਗਿਆ ਹੁਣ ਜਿਹੜਾ ਤੁਸੀਂ ਖੜੇ ਹੋ ਇੱਥੇ, ਟਾਈਮ ਤੁਸੀਂ ਦੇਖੋ ਮੁੰਡੇ, ਟਾਈਮ ਚੈੱਕ ਕਰੀਓ। 11:30 11:30 ਇਹ ਭਾਜੀ ਅੱਜ ਪਹਿਲੇ ਦਿਨ ਨਹੀਂ ਆਏ, ਹਰ ਇੱਕ ਦਿਨ ਛੱਡ ਕੇ ਰਾਤ ਨੂੰ 2-2 3-3 ਵਜੇ ਆਉਣਾ ਪੈਂਦਾ ਵਾ। ਪਰਸੋਂ ਚੌਥੇ ਸਾਡੀ ਲਾਈਟ ਬੰਦ ਹੀ, ਕਹਿੰਦੇ ਪਿੱਛੋਂ ਖਰਾਬ ਆ। ਪੈਸੇ ਦਿੱਤੇ ਉਹਨਾਂ ਨੂੰ 500-600 ਰੁਪਇਆ, 10 ਮਿੰਟ 'ਚ ਲਾਈਟ ਠੀਕ ਹੋ ਗਈ। ਇਹ ਕੀ ਚੱਕਰ ਹੈ, ਪੈਸਾ ਦੋ ਤੇ ਲਾਈਟ ਠੀਕ ਹੋ ਜਾਂਦੀ, ਇਹ ਚੱਕਰ ਕੀ ਚੱਲ ਰਿਹਾ ਵਾ? ਆਮ ਆਦਮੀ ਪਾਰਟੀ ਕਹਿੰਦੀ ਪੈਸੇ ਤੋਂ ਪੈਸਾ ਕੋਈ ਨਹੀਂ ਦੇਣਾ, ਕੰਮ ਐਵੇਂ ਹੀ ਹੋਣਗੇ, ਕੀ ਲੱਗਦਾ? ਐਵੇਂ ਹੋਈ ਨੇ ਪੈਸੇ ਲੈ ਕੇ ਭਾਜੀ, ਉਹਨਾਂ ਨੇ ਕੰਮ ਕੀਤਾ ਵਾ? ਕਿਹਨੇ ਲਏ ਪੈਸੇ? ਨਾਮ ਨਹੀਂ ਭਾਜੀ ਉਹਨਾਂ ਦਾ ਪਤਾ, ਮੇਰੇ ਵੱਲੋਂ ਕੋਈ ਖਾਸ ਹੀ ਆਜੀ ਉਧਰ ਦੇ ਗਲੀ ਦੇ, ਉਹਨਾਂ ਨੇ ਕਰਾਇਆ। ਅਸੀਂ ਨਾਮ ਲੈ ਕੇ ਕਿਸੇ ਦੀ ਨੌਕਰੀ ਦਾ ਅਸੀਂ ਲੱਤ ਨਹੀਂ ਮਾਰ। ਕਿੱਥੇ ਕਰ ਰਹੇ ਹੋ? ਕਿੱਦਾਂ ਜੀ? ਹੁਣ ਕਿੱਥੇ ਆਏ ਹੋ? ਹਾਂਜੀ ਆਪਾਂ ਮਾਲਟੋਨ ਟੈਂਸ਼ਨ ਬਿਜਲੀ ਬੋਰਡ ਘਰ ਦੇ ਬਾਹਰ ਖੜੇ ਹਾਂ ਜੀ। ਕੋਈ ਅਧਿਕਾਰੀ ਬੈਠੇ ਅੰਦਰ ਗੱਲ ਸੁਣੀ? ਕੋਈ ਨਹੀਂ ਜੀ, ਇੱਕ ਸਿਰਫ ਮੁੰਡਾ ਡਿਊਟੀ ਤੇ ਬੈਠਾ, ਉਹ ਸਿਰਫ ਕੰਪਲੇਂਟ ਲਿਖਣ ਲਈ। ਉਹ ਕਹਿੰਦਾ ਮੇਰੇ ਹੱਥ ਬਸ ਕੋਈ ਨਹੀਂ, ਮੇਰਾ ਕੰਮ ਹੈ ਕੰਪਲੇਂਟ। JE ਸਾਹਿਬ ਨੇ ਉਹਨਾਂ ਨੇ ਆਪਣੇ ਸਵਿੱਚ ਆਫ ਕਰ ਰੱਖੇ ਨੇ, ਕੋਈ ਕਿਸੇ ਨੂੰ ਕੋਈ ਆਪਣੇ ਸਵਿੱਚ ਹੀ ਆਫ ਕਰ ਲੈਂਦੇ। ਅੱਜ 6 ਵਜੇ ਆ ਰਹੀ ਆ, 8 ਵਜੇ ਆ ਰਹੀ ਆ, ਕੋਈ ਨਹੀਂ, ਕੋਈ ਪਰਫੈਕਟ ਟਾਈਮ ਨਹੀਂ ਦਿੰਦੇ, ਕੁਛ ਨਹੀਂ ਦਿੰਦੇ ਭਾਜੀ। ਇੰਨੇ ਪਰੇਸ਼ਾਨ ਆ, ਕੋਈ ਪੈਰਾਲਾਈਜ਼ ਦਾ ਅਟੈਕ ਦਾ ਮਰੀਜ਼ ਆ, ਕੋਈ ਅਟੈਕ ਦਾ ਮਰੀਜ਼ ਆ, ਕੋਈ ਬੱਚੇ ਛੋਟੇ ਬੱਚੇ ਨੇ, ਬੁਰੇ ਹਾਲ ਨੇ, ਕੀ ਹਾਲ ਨੇ ਕੀ ਨਹੀਂ। ਰੋਜ਼ ਦਾ ਇਹਨਾਂ ਦਾ ਕੰਮ ਆ ਭਾਜੀ, ਰੋਜ਼ ਦਾ 24 ਘੰਟਿਆਂ ਦੇ ਵਿੱਚੋਂ 4-5 ਘੰਟੇ ਮਸਾ ਲੈਟ ਆ ਰਹੀ ਆ, ਕੋਈ ਤਾਂ ਹਾਲ ਕੱਢੋ। ਕੀ ਤੁਸੀਂ ਮਹਿਕਮਾ ਕਾਹਦੀਆਂ ਤਨਖਾਹਾਂ ਲੈ ਰਹੇ ਹੋ? ਤੁਸੀਂ ਕੀ ਮੰਗ? ਤੁਸੀਂ 600 ਜੂਨ ਤੋਂ ਫ੍ਰੀ ਦੇ ਨਾਮ ਤੇ ਲਾਈਟ ਹੀ ਨਹੀਂ ਦੇ ਰਹੇ ਤੇ ਇਹ ਜੀ 600 ਜੂਨ ਤੋਂ ਫ੍ਰੀ ਕਰਨੀਆਂ ਕੀ ਨੇ ਭਾਜੀ? ਜਿਹੜਾ ਯੂਨਿਟਾਂ ਫ੍ਰੀ ਆ ਤਾਂ ਨਹੀਂ ਲਾਈਟ ਆ ਰਹੀ ਕਿਤੇ? ਤਾਂ ਹੀ ਨਹੀਂ ਆ ਰਹੀ ਭਾਜੀ, ਤਾਂ ਆਪਣੀ ਪੂਰੀ ਕਰ ਰਹੇ ਹਾਂ। ਜੇ ਨਾ ਫ੍ਰੀ ਨਹੀਂ, ਨਾ ਲਾਈਟ ਆਊਗੀ, ਨਾ ਫ੍ਰੀ ਦੇ ਬਿੱਲ ਆਣਗੇ। ਬਾਈ ਜੀ ਕੀ ਨਾਮ ਆ? ਮੇਰਾ ਨਾਂ ਭੁਪਿੰਦਰ ਸਿੰਘ ਹੈ ਜੀ। ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ, ਇੱਥੇ ਕੀ ਵਜ੍ਹਾ, ਕਿਹੜੀ ਜਗ੍ਹਾ ਖੜੇ ਹੋ? ਇਹ ਲਾਈਟ ਨਾ ਆਉਣ ਕਰਕੇ ਹੈ ਜੀ। ਅਸੀਂ ਕੁਝ ਦਿਨ ਪਹਿਲਾਂ ਇੱਥੇ ਮਲਟੋਂ ਜਿਹੜਾ ਬਿਜਲੀ ਘਰ ਹੈ ਇੱਥੇ ਆਏ ਸੀ ਸਵੇਰੇ 3 ਵਜੇ। 3 ਵਜੇ ਆਉਣ ਦੇ ਬਾਵਜੂਦ ਨੂੰ ਬੇਨਤੀ ਕੀਤੀ ਕਿ ਸਾਰੀ ਰਾਤ ਹੋ ਗਈ, ਲਾਈਟ ਚਲੀ ਗਈ ਹੈ ਅਤੇ ਆਈ ਨਹੀਂ ਹੈ ਲਾਈਟ, ਅਤੇ ਸਾਨੂੰ ਕੰਮ ਕਰੋ, ਕਿਉਂਕਿ ਅਸੀਂ ਪ੍ਰਾਈਵੇਟ ਨੌਕਰੀ ਕਰਨ ਵਾਲੇ ਬੰਦੇ ਹਾਂ। ਸਵੇਰੇ 9 ਵਜੇ ਜਾਂ 10 ਵਜੇ ਕੰਮ 'ਤੇ ਪਹੁੰਚਣਾ ਹੁੰਦਾ। ਜੇ ਅਸੀਂ 3 ਵਜੇ ਤੱਕ ਇੱਥੇ ਬਿਜਲੀ ਘਰਾਂ 'ਚ ਫਿਰਾਂਗੇ ਅਤੇ ਕੰਮ 'ਤੇ ਕਿਹੜੇ ਵੇਲੇ ਜਾਵਾਂਗੇ? ਹੁਣ ਕੱਲ੍ਹ ਤੋਂ ਬੱਚਿਆਂ ਸਕੂਲ ਖੁੱਲ੍ਹ ਜਾਣੇ ਨੇ, ਲਾਈਟ ਨਹੀਂ ਆਊਗੀ ਤਾਂ ਬੱਚੇ ਸਕੂਲ ਕਿਹੜੇ ਵੇਲੇ ਜਾਣਗੇ ਜੀ? ਇਹ ਲਾਈਟ ਦਾ ਮਸਲਾ ਹੱਲ ਨਹੀਂ ਹੋ ਰਿਹਾ, ਇਹ ਅੱਜ ਦਾ ਕੰਮ ਨਹੀਂ ਹੈ। ਅੱਜ ਤਾਂ ਬਹਾਨਾ ਲਾ ਰਹੇ ਨੇ ਕਿ ਫਲਾਣੀ ਲਾਈਟ ਪੈਂਚਰ ਹੋ ਗਈ ਹੈ, ਫਲਾਣਾ ਹੋ ਗਿਆ, ਕਿਸੇ ਪ੍ਰਾਈਵੇਟ ਕੰਪਨੀ ਵਾਲੇ ਨੇ ਕਰਤਾ। ਇਹ ਪੂਰਾ 1.5 ਮਹੀਨਾ ਉਹ ਚੱਲਿਆ, ਲਾਈਟ ਨਹੀਂ ਆ ਰਹੀ, ਲਾਈਟ ਤੋਂ ਅਸੀਂ ਪਰੇਸ਼ਾਨ ਹਾਂ। ਜਦੋਂ ਇਲੈਕਸ਼ਨਾਂ ਜਿੱਦਣ ਖਤਮ ਹੋਈਆਂ ਨੇ, ਅਗਲੇ ਦਿਨ ਤੋਂ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਨੇ। ਇਲੈਕਸ਼ਨਾਂ ਤੋਂ ਪਹਿਲਾਂ ਪ੍ਰੋਪਰ ਲਾਈਟ ਆ ਰਹੀ ਸੀ। ਅਸੀਂ ਹੁਣ ਦੇਖੋ ਜਿਹੜੇ ਸਾਡੇ ਏਰੀਏ ਦੇ ਅੱਜ ਕਿੰਨੇ ਵਜੇ ਗਈ? ਸਵੇਰੇ ਅੱਜ ਪੂਰਾ ਦਿਨ ਹੋ ਗਿਆ। ਦੇਖੋ ਅਸੀਂ ਤਾਂ ਜਦੋਂ ਮੈਂ ਘਰੋਂ ਗਿਆ ਉਦੋਂ ਲਾਈਟ ਹੈ ਨਹੀਂ ਸੀ, ਮੈਂ ਘਰੇ ਆਇਆ ਤਾਂ ਫਿਰ ਲਾਈਟ ਹੈ ਨਹੀਂ ਸੀ। ਹੁਣ ਕਿੰਨਾ ਟਾਈਮ ਹੋ ਗਿਆ, ਕਿਹੜਾ ਦਿਨ ਹੈ? 11:30 ਵੱਜ ਗਏ ਅੱਜ ਦੀ, ਆਪਣਾ ਮੰਗਲਵਾਰ ਹੈ ਜੀ, 2 ਜੁਲਾਈ 2024।
ਠੀਕ ਆ, ਪਰ ਸਵੇਰ ਦੀ ਲਾਈਟ ਗਈ ਹੈ। ਅਸੀਂ ਯਾਨਗਰ ਤੋਂ ਆਏ ਹਾਂ ਜੀ, ਛਾਬੜੀ ਚੱਕੀ ਕੋਲੋਂ। ਸਾਨੂੰ ਇਸ ਮਹੀਨੇ ਦੇ ਵਿੱਚ, ਪਿਛਲੇ ਮਹੀਨੇ ਵਿੱਚ ਘੱਟੋ, ਪਿਛਲੇ ਮਹੀਨੇ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਘੱਟੋ ਘੱਟ ਸਾਡਾ ਸੱਤਵਾਂ ਅੱਠਵਾਂ ਗੇੜਾ ਇੱਥੇ ਬਿਜਲੀ ਘਰ ਦੇ ਵਿੱਚ ਕੋਈ ਗੱਲਬਾਤ ਸੁਣੀ ਜਾ ਰਹੀ ਹੈ? ਕੋਈ ਸੁਣੀ ਨਹੀਂ ਜਾ ਰਹੀ। ਜਦੋਂ ਉਹਨੇ ਕਹਿਣਗੇ ਜੀ ਸਾਡਾ ਫਲਾਣਾ ਲਾਈਨਮੈਨ ਕੰਮ ਕਰ ਰਿਹਾ ਜੀ, ਆਹ ਨੰਬਰ ਲੈ ਲਓ, ਜਦੋਂ ਉਹਨਾਂ ਨੰਬਰ ਉਹਨਾਂ ਨੰਬਰ ਸਾਡਾ ਬੰਦ ਕਰ ਦਿੰਦੇ, ਚੱਕ ਲਈ ਕਿਸੇ ਦੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ ਜੀ। ਉਲਟਾ ਅਸੀਂ ਜਿਹੜਾ ਅੰਦਰ ਬੈਠਾ, ਅੰਦਰ ਜਿਹੜਾ ਆਪਣਾ ਸਰਵਿਸਮੈਨ ਬੈਠੇ ਨੇ, ਅਸੀਂ ਉਹਨਾਂ ਨੂੰ ਕੰਪਲੇਂਟ ਕਰਦੇ ਹਾਂ। ਉਹ ਕਹਿੰਦਾ ਜੋ ਕਰਨਾ ਕਰ ਲਓ ਜੀ, ਸਾਡੇ ਕੋਲ ਤਾਂ ਬੰਦੇ ਹੀ ਤਿੰਨ ਚਾਰ ਨੇ, ਅਸੀਂ ਕੀ ਕਰ ਸਕਦੇ? ਸਰਕਾਰ ਨੂੰ ਕੀ ਸੰਦੇਸ਼ ਆ ਤੁਹਾਡਾ? ਸਰਕਾਰ ਨੂੰ ਇਹ ਸੰਦੇਸ਼ ਹੈ ਜੀ, ਦੇਖੋ ਅਸੀਂ ਤੁਹਾਨੂੰ, ਅਸੀਂ ਆਪਣੇ ਵੱਲੋਂ ਵਧੀਆ ਚੁਣ ਕੇ ਤੁਹਾਨੂੰ ਵੋਟਾਂ ਪਾਈਆਂ ਨੇ। ਜੇ ਤੁਸੀਂ ਸਾਡਾ ਹੱਲ ਨਹੀਂ ਕਰ ਪਾ ਰਹੇ ਤਾਂ ਅਸੀਂ ਓਬੀਅਸ ਆ, ਅਸੀਂ ਆਲਟਰਨੇਟ ਬੰਦਿਆਂ ਕੋਲ ਜਾਵਾਂਗੇ। ਜੇ ਕੁਲਵੰਤ ਸਿੱਧੂ ਸਾਡੇ ਹੈਗੇ ਨੇ, ਚਲੋ ਮਹੱਲੇ ਦੇ MLA ਸਾਡੇ ਏਰੀਏ ਦੇ, ਅਸੀਂ ਉਹਨਾਂ ਨੂੰ ਅਪਰੋਚ ਲਾ ਰਹੇ ਹਾਂ। ਜੇ ਸਾਡਾ ਉਹ ਕੋਈ ਮਸਲਾ ਹੱਲ ਨਹੀਂ ਕਰਨਗੇ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਿਮਰਜੀਤ ਬੈਂਸ ਕੋਲ ਜਾ ਕੇ ਅਪਰੋਚ ਲਾਵਾਂਗੇ ਵੀ ਸਾਡੇ ਏਰੀਆ ਦਾ ਕੋਈ ਹੱਲ ਕਰਾਇਆ ਜਾਵੇ, ਰਾਜਾ ਵੜਿੰਗ ਜੀ ਨੂੰ ਕਹਿ ਕੇ। ਓਬੀਅਸ ਸਾਨੂੰ ਤਾਂ ਆਲਟਰਨੇਟ ਦੇਖਣਾ ਪੈਣਾ। ਅਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜੋ ਵੀ ਅਸੀਂ ਉਹਨਾਂ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੁਲਵੰਤ ਸਿੰਘ ਸਾਡਾ ਇਹ ਮਸਲਾ ਹੱਲ ਨਹੀਂ ਕਰਨਗੇ ਤਾਂ ਅਸੀਂ ਆਲਟਰਨੇਟ ਜਿਹੜਾ ਅਸੀਂ ਖੁਦ ਦੇਖਾਂਗੇ ਜੀ, ਅਬਲਟੋਨ ਏਰੀਆ ਦਾ। ਸਰ ਸ਼ੁਭ ਨਾਮ ਜੀ? ਮੇਰਾ ਜੀ ਸ਼ੁਭ ਨਾਮ ਕਾਮੜਾ ਧਰਮਿੰਦਰ ਸਿੰਘ ਜੀ। ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ, ਕੀ ਵਜ੍ਹਾ ਜੀ? ਇਹ ਬਿਜਲੀ ਬੰਦ ਹੋਣ ਕਰਕੇ ਜੀ, ਲਗਾਤਾਰ ਡੇਢ ਮਹੀਨਾ ਹੋ ਗਿਆ ਜੀ। ਬਿਜਲੀ ਸਵੇਰੇ 6 ਵਜੇ ਚਲੇ ਜਾਂਦੀ ਆ, ਰਾਤ ਦੇ 8-8 ਵਜੇ ਤੱਕ ਨਹੀਂ ਆਉਂਦੀ, ਪੂਰਾ ਪੂਰਾ ਦਿਨ ਬਿਜਲੀ ਇੰਨੀ ਬੰਦ ਕਿਉਂ ਰਹੀ, ਕੀ ਪ੍ਰੋਬਲਮ? ਕਹਿੰਦੇ ਲੋਡ ਜ਼ਿਆਦਾ ਪੈ ਗਿਆ ਜੀ, ਕਿਤੇ ਟ੍ਰਾਂਸਫਰ ਫਸੜ ਗਿਆ ਜੀ, ਕੁਛ ਹੋ ਗਿਆ। ਬਾਕੀ ਏਰੀਆ ਸਾਰੇ ਦੀ ਹੈਗੀ ਲਾਈਟ, ਸਾਡੇ ਇਲਾਕੇ ਦਾ ਹੀ ਹੁੰਦਾ ਆ, ਸਵੇਰੇ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਇਸ ਤਰ੍ਹਾਂ ਹੀ ਹੁੰਦਾ ਆ। ਰਾਤ ਨੂੰ 3-3 ਵਜੇ ਉੱਠ ਕੇ ਲੋਕ, ਬੱਚੇ, ਲੋਕ ਬਾਹਰ ਫਿਰ, ਮਨਜੀਤ ਨਗਰ ਜੀ। ਹਾਂਜੀ, ਹੁਣ ਕੀ ਕਹਿ ਕੀ ਰਹੇ ਅਧਿਕਾਰੀ? ਅਧਿਕਾਰੀ ਕੁਛ ਨਹੀਂ ਕਹਿ ਰਹੇ, ਆਈ ਦੇ ਬਸ ਰੁਪਏ ਲਾ ਦਿੰਦੇ ਆ ਵੀ ਹਾਂਜੀ ਕਰ ਦਿੰਦੇ ਆ ਜੀ, ਭੇਜ ਦਿੰਦੇ ਬੰਦੇ। ਲਾਈਟ ਬੰਦ ਆ, ਲਾਈਟ ਸਵੇਰੇ 6 ਵਜੇ ਦੀ ਲਾਈਟ ਗਈ ਹੋਈ ਆ। ਹੁਣ ਕਿੰਨਾ ਟਾਈਮ ਹੋ ਗਿਆ? ਹੁਣ 11:30 ਤਕਰੀਬਨ ਹੋ ਗਏ ਆ ਜੀ। ਦੁਪਹਿਰ ਦੇ ਵਿੱਚ 10 ਮਿੰਟ ਲਾਈਟ ਆਉਂਦੀ ਆ, ਜਿਵੇਂ ਉਸ ਤੋਂ ਬਾਅਦ ਫਿਰ ਬੰਦ ਹੋ ਜਾਂਦੀ, ਮੁੜ ਕੇ ਫਿਰ ਨਹੀਂ ਆਉਂਦੀ। ਚਲੋ ਮੈਂ 10 ਮਿੰਟ ਵਿੱਚ ਹੀ ਆਪਾਂ ਕਹਿੰਦੇ ਮੰਗ ਤਾਂ ਅਸੀਂ ਇਹੀ ਕਰਦੇ ਵੀ ਸਾਡੀ ਲਾਈਟ ਜਿਹੜੀ ਉਹ ਦਿੱਤੀ ਜਾ, ਸਹੀ ਕੀਤੀ ਜਾਵੇ ਵੀ ਰੋਜ਼ ਦਿਹਾੜੀ ਲੋਕ ਪਰੇਸ਼ਾਨ ਹੋ ਰਹੇ ਆ, ਬੱਚੇ ਪਰੇਸ਼ਾਨ ਹੋ ਰਹੇ ਆ, ਬਜ਼ੁਰਗ ਪਰੇਸ਼ਾਨ ਹੋ ਰਹੇ, ਕਈ ਬੰਦੇ ਬਿਮਾਰ ਆ, ਕੋਈ ਹਾਰਟ ਦੇ ਪੇਸ਼ੈਂਟ ਆ, ਕੋਈ ਕਿਸੇ ਨੂੰ ਪੈਰਲਾਈਜ਼ ਹੋਇਆ, ਰਾਤ ਨੂੰ ਕਿੰਨੀ ਪਰੇਸ਼ਾਨੀ ਆ। ਜੇ ਹੁਣ ਲਾਈਟ ਨਾ ਆਈ ਫਿਰ? ਫਿਰ ਅਸੀਂ ਇੱਥੇ ਧਰਨਾ ਦੇਵਾਂਗੇ, ਇੱਥੇ ਰਾਤ ਪੂਰੀ ਰਾਤ ਇੱਥੇ ਹੀ ਬੈਠਾਂਗੇ ਜੀ। ਹਾਂਜੀ ਇੱਥੇ ਬੈਠਾਂਗੇ ਪੂਰੀ ਰਾਤ ਬੈਠਾਂਗੇ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਸੰਗਤ ਵਾਰਡ ਨੰਬਰ 52 ਹਲਕਾ ਆਤਮ ਨਗਰ ਦੀ ਇੱਕ ਭਾਰੀ ਰੋਸ ਪ੍ਰਗਟ ਕਰ ਰਹੀ ਹੈ। ਮੈਂ ਗੁਰਮੀਤ ਸਿੰਘ ਸਿੱਧੂ ਅਤੇ ਹੋਰ ਮੁਹੱਲੇ ਦੇ ਇਲਾਕਾ ਨਿਵਾਸੀ, ਜੋ ਅੱਜ ਇੱਕ ਬਿਜਲੀ ਮਾਡਲ ਟਾਊਨ ਦਫ਼ਤਰ, ਜਿਹੜਾ ਬਿਜਲੀ ਮੇਨ ਦਫ਼ਤਰ ਹੈ ਉਹ ਹਲਕਾ ਆਤਮ ਨਗਰ ਦਾ, ਉੱਥੇ ਅਸੀਂ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਕਿ ਤਕਰੀਬਨ ਕੋਈ 1-2 ਦਿਨ 4 ਕੋਈ ਹਫ਼ਤੇ ਦੀ ਗੱਲ ਨਹੀਂ, ਮਹੀਨੇ ਤੋਂ ਡੇਢ ਮਹੀਨਾ ਹੋ ਚੁੱਕਾ ਹੈ, ਜੋ ਕਿ ਲਗਾਤਾਰ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ, ਲਿਖਤੀ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ, JEE ਸਾਹਿਬ ਨਾਲ ਸੰਪਰਕ ਕੀਤਾ ਜਾ ਰਿਹਾ, SDO ਨਾਲ, ਐਕਸੀਨਾ ਨਾਲ, ਪਰ ਇਹਨਾਂ ਦੇ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ, ਨਾ ਕੋਈ ਜਿਹੜਾ ਆਪਣਾ JEE ਜਾਂ SDO ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ, ਉਹਨਾਂ ਦੇ ਫੋਨ ਨੰਬਰ ਬੰਦ ਹੁੰਦੇ ਨੇ। ਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਾਹਦੀਆਂ ਤਨਖਾਹਾਂ, ਕਾਹਦੀਆਂ ਡਿਊਟੀਆਂ ਕਰਦੇ ਨੇ ਜੇ ਸੰਗਤ ਦੀਆਂ ਸ਼ਿਕਾਇਤਾਂ ਨਹੀਂ ਸੁਣਵਾਈ ਕਰ ਸਕਦੇ। ਸੋ ਅੱਜ ਮੇਨ ਮੁੱਦਾ ਹੈ ਬਿਜਲੀ ਦਾ, ਜੋ ਭਗਵੰਤ ਮਾਨ ਸਰਕਾਰ, ਜੋ ਕਿ ਆਈ ਤਾਂ ਇਹ ਬਿਜਲੀ ਦੇ ਝੂਠੇ ਵਾਅਦੇ ਲਾ ਕੇ ਪੰਜਾਬ ਦੀ ਜਿਹੜੀ ਭੋਲੀ ਭਾਲੀ ਜਨਤਾ ਨਾਲ ਇਹਨਾਂ ਨੇ 600 ਯੂਨਿਟ ਬਿਜਲੀ ਦੇ ਜਿਹੜੇ ਝੂਠੇ ਵਾਅਦੇ ਕੀਤੇ ਕਿ ਅਸੀਂ 600 ਯੂਨਿਟ ਬਿਜਲੀ ਫ੍ਰੀ ਦੇਵਾਂਗੇ। ਪਹਿਲਾਂ ਤੁਸੀਂ ਮੈਨੂੰ ਦੱਸੋ ਜੇ ਬਿਜਲੀ ਆਊਗੀ ਨਹੀਂ, 6-6 ਘੰਟੇ ਨਹੀਂ 12-12 ਘੰਟੇ ਦਿਨੇ ਵੀ ਔਰ ਰਾਤ ਵੀ, ਜੇ
ਦਿਨੇ 6 ਵਜੇ ਦੀ ਗਈ ਹੋਈ ਲਾਈਟ ਕਦੋਂ ਦੀ ਭਾਜੀ ਬੰਦ ਆਏ ਦੱਸੋ ਲਾਈਟ ਸੁਣੋ 6 ਵਜੇ ਦੀ ਤਕਰੀਬਨ 6 ਵਜੇ ਦੀ ਸਵੇਰ ਦੀ ਲਾਈਟ ਗਈ ਹੋਈ ਹੈ ਔਰ ਸ਼ਾਮੀ ਹਜੇ ਤੱਕ 11 11:30 ਵੱਜ ਚੁੱਕੇ ਨੇ ਭਾਜੀ 6 ਵਜੇ ਗਈ ਆ ਭਾਜੀ ਕੀ ਨਾਮ ਕੀ ਹੈ ਤੁਹਾਡਾ ਅਜੇ ਕੁਮਾਰ ਜੀ ਕੀ ਲੱਗਦਾ ਲੋਕ ਇਕੱਠੇ ਹੋ ਕੇ ਆਏ ਉਹ ਕਹਿੰਦੇ ਨਾ ਕੋਈ ਜੇਈ ਦਾ ਨੰਬਰ ਮਿਲਦਾ ਨਾ ਤੁਹਾਡਾ ਕੋਈ ਟੋਲ ਫਰੀ ਨੰਬਰ ਮਿਲਦਾ ਹੈ ਲਾਈਟ ਕਾਫੀ ਦਿੱਕਤ ਪਰੇਸ਼ਾਨੀ ਐਡੀ ਦੂਰੋਂ ਕਹਿੰਦੇ ਚੱਲ ਕੇ ਆਏ 4-5 ਇਲਾਕਿਆਂ ਦੀ ਲਾਈਟ ਬੰਦ ਆ ਮਨਜੀਤ ਨਗਰ ਤੇ ਇੱਧਰ ਹੋਰ ਵਾੜਾ ਮੈਂ ਸਰ ਜੇਈ ਸਾਹਿਬ ਨੂੰ ਬੁਲਾ ਲੈਂਦਾ ਕੀ ਲੱਗਦਾ ਕਿ ਅਧਿਕਾਰੀ ਕਿਉਂ ਨਹੀਂ ਮਿਲ ਰਹੇ ਇਹਨਾਂ ਨੂੰ ਘੰਟਾ ਹੋ ਗਿਆ ਕਹਿੰਦੇ ਸਾਨੂੰ ਖੜਿਆਂ ਨੂੰ ਇੱਥੇ ਸਰ ਇਹਦਾ ਜੇਈ ਸਾਹਿਬ ਜਵਾਬ ਦੇ ਸਕਦੇ ਕਿਉਂਕਿ ਫਿਲਟਰ ਦਾ ਫਾਲਟ ਹੈ ਨਾ ਉਹ ਜੇਈ ਸਾਹਿਬ ਦੇ ਅੰਡਰ ਆ ਜੀ ਸਾਡੇ ਨਹੀਂ ਸਾਡਾ ਨਾਲ ਕੰਪਲੇਂਟ ਦੇ ਸਕਦੇ ਉਹ ਵੀ ਨੰਬਰ ਬੰਦ ਆ ਪਰੇਸ਼ਾਨ ਹੋ ਗਏ ਇੱਥੇ ਸਾਰਾ ਇਲਾਕਾ ਤੁਹਾਡੇ ਕੋਲੇ ਪਹੁੰਚਿਆ ਹੋਇਆ ਕਿਹਨਾਂ ਨੂੰ ਫੋਨ ਲਗਾ ਰਹੇ ਹੋ ਜੀ ਜੇਈ ਸਾਹਿਬ ਸਰ ਕੰਪਲੇਂਟ ਸੈਂਟਰ ਆਏ ਹੋ ਜੀ ਸਰ ਤੁਸੀਂ ਫੋਨ 'ਤੇ ਭੇਜ ਲਓ ਬੰਦੇ ਇੱਧਰ ਜ਼ਰੂਰੀ ਆ ਜੀ ਮੀਡੀਆ ਆਈ ਹੋਈ ਆ ਮੀਡੀਆ ਵਾਲੇ ਆਏ ਹੋਏ ਆ ਸਰ ਇੱਧਰ ਆਉਣਾ ਜ਼ਰੂਰੀ ਆ ਹੈਲੋ ਆਉਂਦੇ ਜੀ ਆਉਂਦੇ ਕੀ ਗੱਲ ਕੀ ਹੋਈ ਹੁਣ ਫੋਨ 'ਤੇ ਕੀ ਕਹਿ ਰਹੇ ਨੇ ਤੁਹਾਡੇ ਸਾਹਮਣੇ ਹੈਗੇ ਕੀ ਕਹਿ ਰਹੇ ਉਹ ਕਹਿੰਦੇ ਮੈਂ ਆ ਜਾਂਦਾ ਦੱਸ ਕਿਹੜੇ ਜਾਈ ਨੇ ਉਹ ਫੀਡਰ ਕੋਈ ਹੋਰ ਬੰਦ ਹੋਇਆ ਰਾਜਵੀਰ ਕੁਮਾਰ ਰਾਜਵੀਰ ਕਿਹੜਾ ਇਲਾਕਾ ਇਹਨਾਂ ਕੋਲੇ ਡਿਊਟੀ ਸਰ ਇਹਨਾਂ ਦੀ ਡਿਊਟੀ ਵੇਲੇ ਉਸ ਟਾਈਮ ਸਾਰਾ ਇਹਨਾਂ ਕੋਲ ਕੀ ਲੱਗਦਾ ਕਿਉਂ ਦਿੱਕਤ ਕਿਉਂ ਕਹਿੰਦੇ 6-7 ਵਾਰ ਹੋ ਗਈ ਕੰਪਲੇਂਟ ਦਿੰਦਿਆਂ ਨੂੰ ਲਾਈਟ ਉਧਰਲੇ ਪਾਸੇ ਕੀ ਚੱਕਰ ਕੀ ਹੈ ਸਰ ਫੀਡਰ ਫਾਲਟ ਆ ਜੇਈ ਸਾਹਿਬ ਵੀ ਇਹਦਾ ਜਵਾਬ ਦੇ ਸਕਦੇ ਉਹ ਕਹਿੰਦੇ ਬੰਦਾ ਨਹੀਂ ਕੋਈ ਆਉਂਦਾ ਚੈੱਕ ਕਰਨ ਉਧਰ ਤੁਹਾਨੂੰ ਮੈਂ ਸਰ ਦੱਸਦਾ ਰਹੇ ਜੇਈ ਸਾਹਿਬ ਦੱਸਣਗੇ ਜੇਈ ਸਾਹਿਬ ਦੇ ਕੋਲ ਹੀ ਏਰੀਆ ਵਾ ਜਿਹੜਾ ਫੀਡਰ ਫਾਲਟ ਹਾਂਜੀ ਆ ਰਹੇ ਕਿੰਨੇ ਬੰਦੇ ਆ ਰਹੇ ਓਕੇ